ਵਾਲਿਕ ਸਲਾਮ, ਮੇਰਾ ਨਾਮ ਜੀ ਅਸਦੁੱਲਾ ਖਾਨ, ਮੇਰਾ ਨਾਮ ਹੈ ਕਿਸਾਨ ਦੋਸਤ ਐਗਰੋ ਇੰਜੀਨੀਅਰ ਅਦਾਰੇ ਤੋਂ ਅੱਡੇ ਨਾਲ ਦਾਵਤ 'ਚ ਹੋਏ ਹਾਂ। ਹਾਂਜੀ, ਪਾਕਿਸਤਾਨ ਨੇ ਯਾਦ ਕਰਦੇ ਕਾੜੇ ਸਭ ਤੋਂ ਪਹਿਲੇ ਅਸੀਂ ਤਿਆਰ ਕੀਤੀ ਹੈ, ਫੁੱਲ ਮਜ਼ਬੂਤ ਆਲਾ, ਲੇਬਲ ਦੀ ਗਰੰਟੀ ਹੋਏਗੀ, ਚੱਲਣ ਦੀ ਗਰੰਟੀ ਹੋਏਗੀ। ਆਹ ਦੇਖੋ ਜੀ, ਅਸੀਂ ਕਬਜ਼ਾ ਲਾਇਆ ਜਿਹੜਾ ਨਾਲ ਰਾੜ ਪਾਇਆ ਪੂਰਾ ਮੁਕੰਮਲ, ਅਤੇ ਇਹਨਾਂ ਤੁਸੀਂ ਇਹਨੂੰ ਫੋਲਡ ਕਰ ਲਓ, 13 ਫਾਲੀ ਬਣਾ ਲਓ। ਆਹ ਹੁਣ 9 ਫਾਲੀ ਬਣ ਗਈ। ਇਕੱਲਾ ਬੰਦਾ ਰੀਲ ਚਲਾਏਗਾ, ਚੁੱਕ ਲਏ ਇੰਡਿਕਾ ਵੀ ਚਲਾਏਗਾ, ਵੱਡਾ ਵੀ ਚਲਾਏਗਾ। ਹਾਂਜੀ, ਕਿਹੜਾ ਫਰੇਮ, ਕਿੰਨੇ ਇੰਚ ਦਾ ਲਾਇਆ ਫਰੇਮ? ਹੈਗਾ ਜੀ 3 ਇੰਚ ਦਾ ਡੱਬਾ ਲਾਇਆ, 2 ਸੂਤਰ ਮੋਟਾ। ਹਾਂਜੀ ਬਿਲਕੁਲ ਜੀ, ਉਹ ਵੇਖਦੇ ਪਏ। ਅੱਛਾ, ਬੜੇ ਨਾ ਲੋਕ ਇਥੋਂ ਲੁਕੋ ਦਿੰਦੇ, ਤੁਸੀਂ ਲੁਕੋਇਆ ਕਾਹਤੋਂ ਨਹੀਂ ਹੁੰਦਾ? ਇਹ ਕਿਸਾਨ ਨੂੰ ਅਸੀਂ ਆਪ ਦਿਖਾਈਦਾ ਕਿ ਆਹ ਦੇਖੋ ਮੋਟਾਈ ਲੱਗੀ ਹੋਈ ਹੈ, ਤਾਂ ਕਿ ਪਰੇਸ਼ਾਨੀ ਨਾ ਹੋਵੇ ਕਿ ਮਾਲ ਬੀਕ ਲਾਉਂਦੇ ਆ, ਕਹਿ ਦਿੰਦੇ ਮੋਟਾ, ਮਾਰਕੀਟ ਟ੍ਰੈਂਡ ਚੱਲਦਾ ਪਿਆ। ਕੋਡ ਤੇ ਫਾਲੇ ਕਿਹੜੇ ਲਾਏ ਹੋਏ ਆ? ਇਹ ਕੋਡ ਸਾਜੀ ਹੈਗਾ, ਪਾਵਰ ਦਾ ਕੋਡ ਆ, ਪਾਵਰ ਦੇ ਸਪਰਿੰਗਾਂ ਲੱਗਾ ਹੋਇਆ ਨਾ ਜਿਹੜਾ। ਅੱਛਾ, ਕੋਡ ਦੀ ਤੇ ਫਾਲੇ ਦੀ ਆ ਸਪਰਿੰਗ ਦੀ ਗਰੰਟੀ ਹੁੰਦੀ ਹੈ, ਟੁੱਟ ਜਾਵੇ ਮੁੜ ਜਾਵੇ ਆ ਸਪਰਿੰਗ ਖੁੱਲ ਜਾਵੇ ਇਹਦੀ ਗਰੰਟੀ ਹੋਏਗੀ। ਤਿੰਨ ਸਪਰਿੰਗ ਕਾ? ਹਾਂ, 3 ਸਪਰਿੰਗ ਪਾਏ, ਇਸ ਲਈ ਇਹਨੂੰ ਜਾਂ ਦਿੱਤੀ ਗਈ ਹੈ, ਇਹ ਖਿੱਚ ਕੇ ਰੱਖੇਗਾ। ਇਹ ਕੋਡ ਜਾਮ ਹੋ ਜਾਂਦੇ ਆ, ਖਰਾਬ ਹੋ ਜਾਂਦੇ, ਖੋਚਲੇ ਹੋ ਜਾਂਦੇ ਆ, ਚੱਲ ਚੱਲ ਗਏ, ਇਹ ਇੱਕੋ ਥਾਂ 'ਤੇ ਬਹਿ ਕੇ ਚੱਲੇਗੀ। ਪੁੱਠੇ ਸਪਰਿੰਗ ਪਾਉਂਦੇ ਆ? ਨਹੀਂ, ਸਿੱਧੀ ਹੋ ਜਾਏਗਾ, ਸਿੱਧੀ ਹੋ ਜਾਏਗਾ। ਹਾਂਜੀ, ਉਲਟਾ ਪਿਆ। ਹਾਂਜੀ, ਉੱਤੇ ਕੀਤੀ ਹੋਈ ਹੈ। ਸਹੀ ਹੋ ਗਿਆ, ਸਹੀ। ਇਹ ਪੱਟੀਆਂ ਜਿਹੜੀਆਂ ਲਾਈਆਂ ਇਸ ਟਾਈਮ 4 ਸੂਤਰ ਮੋਟੇ ਪੱਟੇ ਲਾਈਆਂ ਵਾ। ਸਹੀ ਹੋ ਗਿਆ, ਇਹ ਬਲੋਚਿਸਤਾਨ ਜਾਣੀ ਹੈ ਜੀ, ਉਹਨਾਂ ਨੇ ਕੋਡ ਵੀ ਚੰਗੀ ਲਾਈ ਹੋਈ ਹੈ। ਹਾਂਜੀ, 2 ਇੰਚ ਦੇ ਐਂਗਲ ਲੱਗਾ ਹੈ ਮੁਕੰਮਲ। ਸਹੀ ਹੋ ਗਿਆ। ਹਾਂਜੀ, 3 ਸਪਰਿੰਗ ਵਾਲੀ ਹੱਲ ਹੈ। ਹਾਂਜੀ, ਇਹਦਾ ਹਾਈਡ੍ਰੋਲਿਕ ਦੇਖ ਰਹੇ ਆ ਵੀ ਵੱਡਾ ਲਾਇਆ ਹੋਇਆ, ਤੇ ਕੀ ਵਜ੍ਹਾ ਵਾ? ਇਹ ਸਾਜੀ ਜਿਹੜਾ ਹਾਈਡ੍ਰੋਲਿਕ ਆਮ ਸਿਆ ਚੱਲਦੇ ਨਾ ਮਾਰਕੀਟ ਵਿੱਚ, ਆਮ ਉਹ ਨੀਵਾ ਹੋ ਜਾਂਦਾ, ਇਹ ਕਿਉਂਕਿ ਲੰਗ ਖੋਲਣੀ ਪੈਂਦੀ ਆ, ਜੋ ਨੀਵਾ ਹੋ ਜਾਂਦਾ ਬੁਰਾ ਲੱਗਦਾ, ਇਹਦੇ ਨਾਲ ਮਜ਼ਬੂਤੀ ਵੀ ਘੱਟ ਜਾਂਦੀ ਹੈ। ਇਹ ਹੈਵੀ ਹੱਲ ਆ, ਇਹਨੂੰ ਵੱਡਾ ਹਾਈਡ੍ਰੋਲਿਕ ਚੱਲਣਾ, ਅਸੀਂ ਇਹਨੇ ਫਰਮਾ ਬਣਾ ਕੇ ਅਸੀਂ ਵੱਡਾ ਹਾਈਡ੍ਰੋਲਿਕ ਕੀਤਾ, ਮਤਲਬ ਅੱਗੇ ਮੱਥਾ ਮੋਟੇ ਕੀਤੇ ਆ, ਤਾਂ ਕਿ ਪਿੰਨਾਂ ਜਿੱਥੇ ਮਰਜ਼ੀ ਤੁਸੀਂ ਪਾ ਸਕਦੇ। ਹਾਂ, ਵਾਹਵਾ ਛੱਡੇ, ਜਿੱਥੇ ਮਰਜ਼ੀ ਤੁਸੀਂ ਲੈਂਗ ਸੈੱਟ ਕਰ ਲਓ ਆਪਣੀ। ਹਾਂਜੀ ਹਾਂਜੀ, ਇਹ ਆਰ ਪਾਰ ਅਸੀਂ ਰਾੜ ਪਾਇਆ, ਤਾਂ ਕਿ ਬਿਲਕੁਲ ਰਵਾਂ ਰਵੇ ਕਬਜ਼ਾ, ਤੁਸੀਂ ਜ਼ੋਰ ਟਰੈਕਟਰ ਮਾਰਦੇ ਨਾ ਜੜ ਜੁੜ ਫਸ ਜਾਂਦਾ ਵਾ, ਅਤੇ ਤੁਹਾਡੇ ਕਬਜ਼ੇ ਨੁਕਸਾਨ ਨਾ ਪਹੁੰਚੇ। ਕਿੰਨੀ ਕੁ ਗਹਿਰਾਈ ਤੱਕ ਚੱਲ ਜਾਏਗਾ ਇਹ? ਇਹ ਫੁੱਲ ਫਰੇਮ ਤੱਕ ਖਬੋ ਦਿੰਦੇ ਟਰੈਕਟਰ ਵਾਲੇ ਦੇ, ਜ਼ਿੰਮੇਦਾਰ ਜਿਹੜੇ ਚਲਾਉਂਦੇ ਨਾ ਉਹ ਫਰੇਮ ਤੱਕ ਖਬੋ ਦਿੰਦੇ। ਹਾਂਜੀ, ਬੜੀ ਗੱਲ ਹੈ ਜੀ। ਹਾਂਜੀ, ਕੀ ਗਰੰਟੀ ਹੈ ਜੀ? ਇਹ ਗਰੰਟੀ ਹੈ ਲੇਬਲ 'ਚ ਨਾ ਚੱਲੇ, ਲੱਗ ਨਾ ਹੋਵੇ, ਫਾਲੇ ਦੀ ਗਰੰਟੀ ਹੋਏਗੀ, ਕੋਟ ਦੀ ਗਰੰਟੀ ਹੋਏਗੀ, ਲੱਗ ਦੀ ਗਰੰਟੀ ਹੋਏਗੀ, ਲੇਬਲ 'ਚ ਚੱਲੇਗੀ, ਬਿਲਕੁਲ ਐਂ ਈਜ਼ੀਲੀ ਚਲਾਏਗਾ ਟਰੈਕਟਰ। ਇਹ ਕਿਸਾਨ ਭਰਾ ਕਹਿੰਦੇ ਨਾ ਕਿ ਜੀ ਮੇਰੇ ਕੋਲ ਟਰੈਕਟਰ ਨਿੱਕਾ ਵਾ ਅਤੇ ਵੱਡਾ ਲੈਣਾ ਵਾ, ਡਬਲ ਉਧਾਰ ਲੈਣਾ ਪੈ ਜਾਂਦਾ ਉਹਨੂੰ, ਵੱਡਾ ਵੀ ਉਧਾਰ ਲੈਂਦਾ ਵਾ, ਨਿੱਕਾ ਵੀ ਲੈਂਦਾ, ਇਹ 2 in 1 ਦੋਵੇਂ ਕੰਮ ਕਰੇਗਾ। ਬਲੋਚਿਸਤਾਨ 'ਚ ਤੁਸੀਂ ਭੇਜਦੇ ਪਏ, ਉੱਧਰ ਪਥਰੀਲਾ ਇਲਾਕਾ? ਹਾਂ, ਪਥਰੀਲਾ ਇਲਾਕਾ, ਇਸ ਲਈ ਉਹਦੇ ਵਾਸਤੇ ਤਿਆਰ ਕੀਤੀ ਹੈ, ਫੁੱਲ ਪਜ਼ਲੀ ਵਧਣੀ ਮਾਲ 'ਚ ਅੱਧੀ ਤਾਂ ਮਾਲ ਤਿਆਰ ਕੀਤੀ ਹੈ, ਆਪਣੇ ਪੰਜਾਬ ਜ਼ਮੀਨਾਂ ਹੈਗੀਆਂ ਨਰਮ, ਉਹ ਆਮ 3-7 ਪੱਟੀ ਵੀ ਚੱਲ ਜਾਂਦੀ ਹੈ, ਅਤੇ ਉਹਦੇ ਵਾਸਤੇ ਅੱਧੀ ਤਾਂ ਪੱਟੀ ਨਾਲ ਲਵਾਈ ਹੈ, ਪੱਥਰਾਂ 'ਚ ਜ਼ਬਰਦਸਤ ਚੱਲੇਗਾ ਜੀ। ਕੀ ਰੇਟ ਕੀ ਹੈ ਇਹਦਾ? ਇਹਦਾ ਰੇਟ ਹੈਗਾ 3,05,000 ਰੁਪਇਆ ਮੌਜੂਦਾ ਹਾਲਾਤ ਨਾਲ। ਅਗਰ ਕਮੇ ਪੇਸ਼ੀ ਲੋਹਾ ਘੱਟ ਜਾਂਦਾ ਹੈ, ਵੱਧ ਜਾਂਦਾ, ਉਹ ਸਾਨੂੰ ਆਪਾਂ ਰੇਟ ਘਟਾਵਾਂਗੇ ਵੀ ਵਧਾਵਾਂਗੇ। ਮੋਬਾਈਲ ਨੰਬਰ ਆਪਣਾ ਹੈਗਾ 0306-7248-211, ਵਟਸਐਪ ਨੰਬਰ ਹੈ 0306-4031-3052। ਬੜੀ ਮਿਹਰਬਾਨੀ।